9:30 ਦਾ ਟਾਈਮ ਹੈ ਸਵੇਰੇ ਨੂੰ 7:30 ਵਜੇ ਸ਼ਾਹੀ ਟੁਕੜੇ ਬਣਾਏ। ਡੇਲੀ ਦੀ ਮਸਰੂਫੀਅਤ ਤੁਹਾਡੇ ਨਾਲ ਮੈਂ ਸ਼ੇਅਰ ਕਰਨੀ ਪਈ ਹਾਂ। ਬਾਲ ਉਮਰੇ 'ਤੇ ਗਏ ਵਧੇ ਹਨ, ਕੱਲ੍ਹ ਹੀ ਸਵੇਰੇ ਦੇ ਟਾਈਮ ਗਏ ਅਤੇ ਰਾਤ ਹੀ ਸ਼ਾਮ ਕੋ ਵਾਪਸ ਆ ਗਏ ਉਮਰਾ ਕਰਕੇ। ਗਊਂ ਥੱਕੇ ਵਧੇ ਹਨ, ਬਸ ਵੱਲ ਬੈਠੇ ਰਹਿ ਗਏ, ਨਾਸ਼ਤਾ ਖਾ ਕੇ ਵੱਲ ਸੁੱਤੇ। ਅਤੇ ਮੈਂ ਇੱਕ ਵੱਲ ਬਾਲੇ ਵਾਲੀ ਖੈਰ ਨਿੰਦਰਤ ਨਹੀਂ ਹੁੰਦੀ ਅਤੇ ਮੈਂ ਸੁੱਤੀ ਵੀ ਨਹੀਂ, ਬਹਿ ਬਹਿ ਕੇ ਅਤੇ ਸਾਰਾ ਜ਼ਰਾ ਬੋਰ ਥੀ ਬੈਠਿਆ ਮੀ। ਅਤੇ ਮੈਂ ਕਿ ਦੁਪਹਿਰੇ ਵਾਸਤੇ ਕੋਈ ਐਸੀ ਚੀਜ਼ ਤਿਆਰ ਕਰਾਂ ਬਾਲ ਉੱਠੇ ਨਾ ਇੱਕ ਸਰਪ੍ਰਾਈਜ਼, ਵਰਨਾ ਮਾਸ਼ਾਅੱਲਾ ਬਣੇ ਦੇ ਕਰਿੰਦਰ ਐਵੇਂ ਦਾ। ਅਤੇ ਮੈਂ ਕੋਈ ਥੋੜ੍ਹਾ ਜਿਹਾ ਇਹ ਵੀ ਹੁੰਦਾ ਮੈਂ ਆਪਣੇ ਵਿਊਵਰਸ ਤੋਂ ਵੀ ਸ਼ੇਅਰ ਕਰਨੀਆਂ ਹੁੰਦੀਆਂ ਚੀਜ਼ਾਂ। ਦੋ ਮੁਰਗੀਆਂ ਬਿਲਕੁਲ, ਇਹ ਦੋ ਮੁਰਗੀਆਂ ਤਕਰੀਬਨ 5 ਕਿਲੋ ਪਾਣੀ ਹੈ, ਅੱਧਾ ਥੂਮ ਦਾ ਗੰਢਾ ਸਾਡੀ 'ਤੇ ਛਿਲ ਕੇ, ਇੱਕ ਵੱਸਲ ਮੋਟਾ ਮੋਟਾ ਕੱਟ ਕੇ, ਇਹਦੇ ਕੋਲ ਗਰੀਨ ਮਿਰਚਾਂ 6-7 ਬੜਾ ਤੇਜ਼ ਹੋਈਆਂ, ਟਮਾਟਰ ਵੱਸਲ, ਥੋੜ੍ਹਾ ਜਿਹਾ ਨਮਕ ਸੱਟ ਕੇ, ਅਤੇ ਮੈਂ ਅੱਧਾ ਇਹਦੇ ਵਿੱਚ ਪੈਕਟ ਬਰਿਆਨੀ ਮਿਸਾਲੇ ਵਾਲਾ। ਬਰਿਆਨੀ ਮਿਸਾਲਾ ਉਹ ਹੈ ਥੋੜ੍ਹਾ ਜਿਹਾ ਟੇਸਟੀ, ਜ਼ਰਾ ਕਈ ਕੀ ਫਿੱਕੇ ਹੁੰਦੇ ਜ਼ਰਾ, ਇਹ ਬਰਿਆਨੀ ਮਿਸਾਲਾ ਸਾਡੀ 'ਤੇ ਇਹ ਬਾਹਰ ਤੇਜ਼ ਹੈ, ਜਿਵੇਂ ਗਰਮ ਥੀਂਦੇ ਬਾਹਰ ਹਲਕੀ ਕਰਦੇ ਸਾਂ। ਮੈਂ ਇਹਦੇ ਦਾਲਚੀਨੀ ਦਾ ਟੁਕੜਾ ਛੱਡ ਦਿੱਤੇ, ਤੇਜ਼ ਪੱਤਾ ਛੱਡ ਦਿੱਤੇ, ਬਸ ਵੀ ਕੋਈ ਚੀਜ਼ ਫਿਲਹਾਲ ਕੋਈ ਨਹੀਂ ਸੁੱਟੀ। ਇਹ ਸਾਰੀਆਂ ਚੀਜ਼ਾਂ ਸੁੱਟ ਕੇ 5 ਕਿਲੋ ਪਾਣੀ ਹੈ, ਜਿਹੜੇ ਵੇਲੇ ਫੁੱਲ ਗਰਮ ਥੀਂਦੇ ਮੈਂ ਇੱਕ ਹਲਕੀ ਆਚ 'ਤੇ ਖੜਾ ਅਤੇ ਗੁੰਮ ਥੀ ਵੇ ਸਾਂ। ਊਂ ਟਾਈਮ ਵਾਲਾ ਸਾਂ ਜਿਹੜੇ ਬਿਲਕੁਲ ਤਕਰੀਬਨ ਨਰਮ ਥੀ ਗਿਆ, ਉਸਨੇ ਮੈਂ ਥੋੜ੍ਹਾ ਜਿਹਾ ਆਈਡੀਆ ਸੀ ਘੰਟੇ ਬਾਅਦ ਆ ਸਮੇਂ ਕੋ ਦੇਖਣ ਵਾਸਤੇ, ਘੰਟੇ ਬਾਅਦ ਕਾਫੀ ਨਰਮ ਥੀ ਗਿਆ ਉਸ ਵੱਲ ਚਿਕਨ ਕੋ ਦੇਖ ਸਾਂ ਕਿਤਨੀ ਜ਼ਰੂਰਤ ਹੈ, ਜਾਂ ਚੁੱਲ੍ਹਾ ਬੰਦ ਕਰ ਲਿਆ। ਮੈਂ ਇਹ ਜਖਨੀ ਦੇ ਵਿੱਚ ਪੁਲਾਓ ਬਣੇ ਸਾਂ। ਤਕਰੀਬਨ ਅੱਧੇ ਘੰਟੇ ਬਾਅਦ ਵਾਪਸ ਆਈ ਹਾਂ ਅਤੇ ਮੈਂ ਇਹ ਕਈ ਚੀਜ਼ ਸੋਚੀ ਕਿ ਅਸਾਂ ਵੀ ਤਾਂ ਜ਼ਿਆਦਾ ਖਾਂਦੇ ਨਹੀਂ ਸੀ। ਬਰਿਆਨੀ ਮਿਸਾਲੇ ਦਾ ਵੀ ਅੱਧਾ ਪੈਕਟ ਮੈਂ ਛੱਡ ਦਿੱਤਾ ਸੀ। ਅਤੇ ਇਹ ਟਾਈਮ ਮਿਰਚ ਸੀ ਸੀ ਤੇਜ਼, ਇਹਦੀ ਖੁਸ਼ਬੂ ਬੜੀ ਆ ਗਈ ਸੀ ਕਿਉਂਕਿ ਬੋਇਲ ਸੀ ਨਾ ਖੜੇ ਅੱਧੇ ਘੰਟੇ ਕੋਲੋਂ, ਅਤੇ ਇਹਨੇ ਸਾਵੀ ਮਿਰਚ ਦੀ ਖੁਸ਼ਬੂ ਜਿਹੜੀ ਆਉਣੀ ਆ ਚੁੱਕੀ ਹੈ। ਅਤੇ ਮੈਂ ਬਾਪ ਹੀ ਦੇਖ ਸਕਦਾ ਜਿਹੜੇ ਵੇਲੇ ਪੁਲਾਓ ਬਣੇ ਸਾਂ, ਮਜ਼ੀਦ ਜ਼ਰੂਰਤ ਹੋ ਸੀ ਅਤੇ ਸਾਵੀਆਂ ਮਿਰਚਾਂ ਵੀ ਆ ਸਾਡੇ ਸਾਂ, ਵਰਨਾ ਮੈਂ ਸਾਵੀਆਂ ਮਿਰਚਾਂ ਕੱਢ ਗਈ ਗਿਆ। ਅਤੇ ਇਹਦੀ ਇਹ ਹੱਡੀ ਨਰਮ ਲੱਗਦੀ ਪਈ ਹੈ ਅਤੇ ਮੈਂ ਇਹਨੂੰ ਹੁਣ ਉਲਟਾ ਕਰਤੇ ਤਾਂ ਕਿ ਸੀਨੇ ਵਾਲੀ ਬੋਟੀ ਜਿਹੜੀ ਹੁੰਦੀ ਨਾ ਸਖਤ ਹੁੰਦੀ, ਚੈਸਟ ਅਤੇ ਚੈਸਟ ਵਾਲੀ ਬੋਟੀ ਜਿਹੜੀ ਨਾ ਇਹਦੀ ਨਰਮ ਥੀ ਵਜੇ। ਅਤੇ ਮੈਂ ਪਾਣੀ ਹਲਕਾ ਹਲਕਾ ਬੋਇਲ ਸੀ ਨਾ ਖੜੇ, ਜਿਤਨਾ ਹਲਕਾ ਬੋਇਲ ਸੀ ਨਾ ਉਹਦੇ ਨਾਲ ਇਹ ਜ਼ਿਆਦਾ ਅੱਛਾ ਬਣ ਜਾਂਦਾ। ਮੈਂ ਸਾਰਿਆਂ ਸਾਰਿਆਂ ਮਿਰਚਾਂ ਹੈ ਪੈਨ ਵਾਪਸ, ਮੈਂ ਸਾਰਿਆਂ ਸਾਰਿਆਂ ਮਿਰਚਾਂ ਕੱਢ ਗਈਆਂ, ਜ਼ਰੂਰਤ ਹੈ ਤਾਂ ਬਾਅਦ 'ਚ ਦੇਖੋ, ਵਰਨਾ ਬਜ਼ਾਰ ਬਰਿਆਨੀ ਵਾਲਾ ਵੀ ਸਾਰਾ ਮੈਂ ਕੋਲ ਤਾਂ ਉਹ ਹੀ ਕਾਫੀ ਥੀ ਸੀ। ਅਸਾਂ ਵੀ ਲੇਟ ਜੋ ਖਾਂਦੇ, ਸਾਡੇ ਬਾਲ ਵੀ ਲੇਟ ਖਾਂਦੇ, ਸਾਡੇ ਬਾਲ ਵੀ ਤੇ ਪੁਲਾਓ ਨਾ ਖਾ ਸਕਦੇ ਸਰ। ਥੋੜ੍ਹੀ ਖਾ ਤੇਜ਼ ਕਰੇ, ਥੋੜ੍ਹਾ ਅੱਛਾ ਜਿਹਾ ਬੜਕਾ ਆਵੇ। ਕਿਉਂਕਿ ਨਰਮ ਸੀ ਹੈਗਾ, ਅੱਛਾ ਜਿਹਾ ਬੋਇਲ ਸੀ ਤੇਜ਼ ਬਾਅਦ ਉੱਤੇ, ਅਤੇ ਹਲਕੀ ਬਾਤ ਬਹੁਤ ਨਰਮ ਥੀ ਚੁੱਕੇ ਨੇ, ਅਤੇ ਕਮਰ ਦੀ ਹੱਡੀ ਜਿਹੜੀ ਨਾ ਉਹ ਵੀ ਵਾਈਟ ਵਿੱਚ ਚਮਕਦੀ ਪਈ ਹੈ। ਅਤੇ ਮੈਂ ਇੱਕ ਖਾ ਤੇਜ਼ ਕਰਕੇ ਪਕਾਉਣਾ ਚਾਹੁੰਦੀ ਹਾਂ ਤਾਂ ਕਿ ਪਾਣੀ ਖੁਸ਼ਕ ਥੀ ਵਜੇ, ਅਤੇ ਯਖਨੀ ਜਿਤਨੀ ਗਾੜੀ ਥੀ ਸੀ ਨਾ ਉਤਨਾ ਪੁਲਾਓ ਟੇਸਟੀ ਥੀ ਸੀ। ਤੇਜ਼ ਬਾਤ ਨਾਲ ਹੀ ਪਾਲੀ ਮੈਂ ਅੱਧੇ ਘੰਟੇ ਬਾਅਦ ਆ ਕੇ ਦੇਖ ਸਾਂ, ਤਾਂ ਕਿ ਬੋਟੀ ਬਿਲਕੁਲ ਨਰਮ ਥੀ ਜਾਂ ਸਭ ਨਰਮ ਬੋਟੀ ਖਾਂਦੇ। ਅਤੇ ਮੈਂ ਤੁਹਾਨੂੰ ਲਿਖੇ ਆਪਣੇ ਪਰਿੰਦੇ, ਮੈਂ ਤੁਹਾਨੂੰ ਆ ਮੇਰੀ ਵੀਡੀਓ 'ਚ ਆਵਾਜ਼ ਆਉਂਦੀ ਸੀ ਮਾਸ਼ਾਅੱਲਾ, ਕਿਵੇਂ ਚਾਹੇ ਚਾਹਾਂਦੇ ਪਹਿਲਾਂ ਦਾ ਇਹਨੇ ਬੜੀ ਆਵਾਜ਼ ਮੈਂ ਪਿਆਰੀ ਲੱਗਦੀ ਹੈ ਅਤੇ ਆਪ ਵੀ ਪਿਆਰੇ ਹਨ। ਇਹ ਹਨ 5 ਲੂ ਵਿਚਾਰੇ ਦੀ ਡੈਥ ਹੀ ਗਈ ਹੈ ਮੇਰੇ ਇੱਥੇ ਆਉਣ ਕੋਲ ਪਹਿਲੇ, ਉਹ ਛੋਟੇ ਫੌਤ ਥੀ ਗਏ ਹਨ, ਮਰ ਗਏ ਹਨ, ਅਤੇ ਇਹ ਤਰ੍ਹਾਂ ਹਨ। ਅਤੇ ਮੈਂ ਕਿਚਨ ਦੇ ਵਿੱਚ ਰਾਤ ਹੁੰਦੇ ਮੈਂ ਲਾਈਟਾਂ ਬੰਦ ਕਰ ਲਿਆ, ਬੜੇ ਸਕੂਨ ਨਾਲ ਸਾਹਮਣੇ ਨਾਲ। ਅਤੇ ਜੇ ਜਾਂ ਲਾਈਟ ਬੰਦ ਨਾ ਕਰੋ ਮੈਂ ਕੋਲ ਲੱਗਦੇ ਇਹਨਾਂ ਕੋਲ ਨਿੰਦਰ ਨਹੀਂ ਆਉਂਦੀ, ਅਤੇ ਇਹ ਕੋਈ ਬੜਾ ਚੀਕਦੇ ਨੇ ਪਿੱਛੇ ਆਵਾਜ਼ਾਂ ਹੋ ਜਾਣ, ਅਤੇ ਇਹ ਕਿ ਅੰਧੇਰੇ ਵਿੱਚ ਹੀ ਸਮਝਣ, ਜਾਗਦੇ ਨਹੀਂ ਸਮਝਦੇ, ਸੋਰੀ ਲਾਈਟ 'ਤੇ ਨਹੀਂ ਸਮਝਦੇ, ਬਲਦੀ ਲਾਈਟ 'ਤੇ।
ਅਤੇ ਜਿਹੜੇ ਟਾਈਮ ਲਾਈਟ ਬੰਦ ਕਰਨ ਸਕੂਨ ਨਾਲ ਇਹਨਾਂ ਦੀ ਖਾਮੋਸ਼ੀ ਹੁੰਦੀ ਹੈ, ਵਰਨਾ ਸੋਹਣਾ ਸੋਹਣਾ ਜਿਹੀ ਆਵਾਜ਼ਾਂ ਇਹਨਾਂ ਦੇ ਖੁਰਾਕ ਦੀ ਡੱਬੀ ਹੈ, ਪਾਣੀ ਦੀ ਡੱਬੀ ਹੈ, ਆਰਾਮ ਨਾਲ ਖਾਂਦੇ ਪੀਂਦੇ ਰਹਿੰਦੇ। ਥੋੜ੍ਹਾ ਜਿਹਾ ਇਵੇਂ ਵਾਈਟ ਵਾਈਟ ਬਾਜਰੀ ਅਤੇ ਪਤਾ ਨਹੀਂ ਇਹਦੇ ਚਾਰ ਰੰਗ ਬਰੰਗੇ ਛੋਟੇ ਛੋਟੇ ਬਾਜਰੀ ਦੇ ਦਾਣੇ ਹਨ, ਇਹਨਾਂ ਦੀ ਖੁਰਾਕ ਹੈ ਆਪਣੀ। ਹਰ ਚੀਜ਼ ਦੀ ਇੱਕ ਆਪਣੀ ਰੌਣਕ ਹੁੰਦੀ ਹੈ, ਇਹਨਾਂ ਦੀ ਇੱਕ ਆਪਣੀ ਰੌਣਕ ਹੈ। ਅਸਾਂ ਬੜਾ ਪਿਆਰ ਨਾਲ ਇੱਕ ਉਹਨਾਂ ਕੋਲ ਪੁੱਛ ਕਰ ਦਿੰਦੇ ਸੀ, ਇਹ ਚਾਹੇ ਚਾਹੁੰਦੇ ਹਨ। ਬੜਾ ਨਰਮ ਖਸਤਾ ਸੀ ਆਪਣੇ ਫਸਟ ਕਲਾਸ, ਬੜੀ ਤੇਜ਼ੀ ਦੇ ਨਾਲ ਬੋਇਆ ਲਿਖਿਆ ਆਪਣੇ। ਇਹ ਵਕਤ ਵੀ ਜਖਮੀ ਸਾਡੀ ਜ਼ਿਆਦਾ ਹੈ, ਸਾਰੇ ਚਾਵਲ ਥੋੜ੍ਹੇ ਹਨ, ਅਸਾਂ ਇਤਨਾ ਖਾਣ ਵਾਲੇ ਕੋਈ ਨਹੀਂ ਸੀ ਹੁੰਦੇ। ਅਤੇ ਜਿਹੜੇ ਵੇਲੇ ਇਹਨਾਂ ਦਾ ਸਾਰ ਚੀਜ਼ ਦਾ ਗੋਸ਼ਤ ਗਲ ਗਏ ਅਤੇ ਇਹਨਾਂ ਚੀਜ਼ਾਂ ਦਾ ਵੀ ਅਰਕ ਮਸਾਲਾ ਸਾਰਾ ਕੁਝ ਨਿਕਲ ਆਇਆ, ਉਸ ਫਸਟ ਕਲਾਸ ਜਖਮੀ ਬਣੀ ਖੜੀ ਹੈ। ਅਤੇ ਇਹ ਵਕਤ ਮੈਂ ਇਹਦਾ ਢੱਕਣਾ ਬੰਦ ਕਰ ਦਿੰਦੀ ਹਾਂ, ਤਕਰੀਬਨ ਸਾਰੇ ਕੋਲ 11 ਦਾ ਟਾਈਮ ਹੈ, ਸਭ ਸੁੱਤੇ ਹੋਏ ਹਨ, ਅਤੇ ਮੈਂ ਵੀ ਘੰਟਾ ਡੂ ਜ਼ੋਰ ਕੋਲੋਂ ਪਹਿਲੇ ਰੈਸਟ ਕਰਨੀ ਹਾਂ। ਵਾਪਸ ਆਸਣ ਜਿਹੜੇ ਵੇਲੇ ਬਾਲ ਉੱਠਸਣ, ਅਤੇ ਕੁਝ ਬਾਲ ਪੜ੍ਹਨ ਗਏ ਵਧਨ ਸਕੂਲ, ਅਤੇ ਉਹਨਾਂ ਦਾ ਹਿਸਾਬ ਦੇ ਨਾਲ ਤਕਰੀਬਨ 2 ਵਜੇ ਬਾਲ ਪੜ੍ਹ ਕੇ ਆਉਂਦੇ, ਉਹਨਾਂ ਦੀ ਵਾਪਸੀ ਥੀ ਹੈ, ਤਾਂ 2 ਵਜੇ ਅਸਾਂ ਚਾਵਲ ਛੁੱਟੇ ਸੂੰ ਤਾਂ ਕਿ ਗਰਮ ਗਰਮ ਅੱਛੇ ਲੱਗ ਸਨ, ਅਤੇ ਵਾਪਸ ਆ ਕੇ ਮਾਲ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਮੈਂ ਘੰਟਾ ਡੂ ਰੈਸਟ ਕਰਦੀ ਹਾਂ, ਤੁਸਾਂ ਵੀ ਆਪਣੇ ਹਿਸਾਬ ਨਾਲ ਚੀਜ਼ਾਂ ਬਣਾਓ ਪਕਾਓ। ਬੀਜੀ ਬੇਬੇ ਦੀ ਵੀਡੀਓ ਦੇਖੋ, ਉਹਦੇ ਵਿੱਚ ਤਾਂ ਕੋਈ ਚੀਜ਼ ਅੱਛੀ ਲੱਗੀ ਹੈ ਤਾਂ ਉਹ ਕੋ ਦੁਬਾਰਾ ਦੇਖ ਕੇ ਅਗਰ ਕਮੈਂਟ ਨਹੀਂ ਕੀਤਾ ਤਾਂ ਕਮੈਂਟ ਹੀ ਕਰੋ ਪਕਾਓ, ਅਤੇ ਉਹ ਸਬਸਕ੍ਰਾਈਬ ਵੀ ਕਰ ਛੋੜੋ, ਅਤੇ ਉਹ ਵੀਡੀਓ ਕੋ ਦੇਖ ਕੇ ਬਣਾਓ ਤੁਸਾਂ ਤੁਹਾਡੀ ਕਿੰਝੀ ਥੀਂਦੀ ਹੈ, ਕਿਵੇਂ ਪੱਕਦੀ ਹੈ, ਜਿਵੇਂ ਮੈਂ ਪਕਾਈਏ ਪਕਸੀ ਤਾਂ ਉਵੇਂ ਇਹ ਕਿ ਤੁਹਾਨੂੰ ਪੱਕੀ ਮੇਰੀ ਚੀਜ਼ ਪਸੰਦ ਆਉਂਦੀ ਹੈ ਨਹੀਂ ਆਉਂਦੀ, ਕਿੰਝਾ ਟੇਸਟ ਬਣਦੇ ਤੁਹਾਡੇ ਕੋਲੋਂ। ਮੈਂ ਚਿਕਨ ਦੋਵੇਂ ਬਾਹਰ ਕੱਢ ਕੇ ਦਿਨ ਬਹੁਤ ਹੀ ਨਰਮ ਥੇ ਪੈਣ, ਅਤੇ ਇਹ ਪਾਣੀ ਸੋਰੀ ਯਖਨੀ ਹੈ, ਅਤੇ ਇਹਦੇ ਵਿੱਚ ਮੈਂ ਮੋਟੇ ਮੋਟੇ ਜਿਹੜੇ ਪਿਆਜ਼ ਅਤੇ ਟਮਾਟਰ ਦੇ ਛਿਲਕੇ ਵਗੈਰਾ ਅਲੱਗ ਥੇ ਵਧਾਏ ਹਨ, ਅਤੇ ਇਹ ਮੈਂ ਕੱਢ ਕੇ ਦਿਨ ਬਾਹਰ, ਅਤੇ ਮੈਂ ਇਹਨਾਂ ਦੇ ਵਿੱਚ ਐਡ ਕਰੇ ਨਹੀਂ ਪਿਆ ਛੋਲੇ ਨਰਮ ਥੇ ਬਿੱਲੀ ਲਾਥਨ, ਇਹ ਮੈਂ ਇੱਥੋਂ ਦੇਸੀ ਘਿਓ ਸਾਡੀ, ਅਤੇ ਜਿਵੇਂ ਇਹ ਬੋਇਲ ਥੀਂਦੇ ਮੈਂ ਇੱਥੋਂ ਚਾਵਲ ਛੁੱਟੇਦੀ ਹਾਂ। ਮੈਂ ਇਹਦੇ ਵਿੱਚ ਚਾਵਲ ਛੱਡੀ ਤਾਂ 4 ਆਲੂ ਕੱਟ ਕੇ ਅਤੇ ਇਹ ਕੱਟ ਕੇ ਲੰਬੇ ਲੰਬੇ ਇਹ ਸਾ ਦਿੱਤਾ, ਇਹ ਹੁਣ ਬੋਇਲ ਥੀ ਰੱਖਣ ਦਮ 'ਤੇ ਆਉਂਦੇ ਅਤੇ ਵੱਲ ਦਮ ਲੈਂਦੇ ਹੈ ਅਤੇ ਖਾਂਦੇ ਹੈ। ਮਸਾਲਾ ਇਹਦਾ ਫਸਟ ਕਲਾਸ ਆ, ਥੋੜ੍ਹਾ ਜਿਹਾ ਸਪਾਈਸੀ ਆ ਘੱਟ ਕੋਈ ਨਾ, ਅਤੇ ਮੈਂ ਕਨੋਰ ਦੀ ਟਿੱਕੀ ਵੀ ਛੱਡ ਦਿੱਤੀ ਹੈ, ਨਮਕ ਵਗੈਰਾ ਆਪ ਹਿਸਾਬ ਦਾ ਸੈੱਟ ਕਰਕੇ ਉਹ ਸਾਡੀ 'ਤੇ ਬੜਾ ਸੋਹਣਾ ਜੀ ਖੁਸ਼ਬੂਆਂ ਨਿਕਲੀ ਹੈ ਚਾਵਲਾਂ ਦੀ ਖੁਸ਼ਬੂ, ਤਾਂ ਬਸ ਘਰ ਦਾ ਬਾਹਰ ਵਾਲਾ ਗੇਟ ਜੋ ਖੁੱਲ੍ਹੇ ਜਿਹੜਾ ਬੰਦਾ ਦਾਖਲ ਥੀ ਤਾਂ ਬਾ ਉਹ ਚਾਵਲ ਪੱਕੇ ਪੈਣ, ਚਾਵਲਾਂ ਦੀ ਖੁਸ਼ਬੂ ਹੁੰਦੀ ਹੈ ਇਸੇ ਤੇਜ਼ ਅਢਾਈ ਥੀਂਦੇ ਪੈਣ, ਬਾਹਰ ਸਕੂਲੋਂ ਵੀ ਆ ਕੇ ਦਮ ਲੈਂਦੇ ਹੈ ਅਤੇ ਬਸ ਖਾਣਾ ਨੋਸ਼ ਫੁਰਮੈਂਦੇ ਹੈ। ਆਈ ਲਵ ਇਹ ਦੇਖੋ ਨਾ ਮੈਂ ਚਾਵਲ ਨਾ ਕੇ ਕਿਤਨੇ ਅੱਛੇ ਅੱਛੇ ਬਣੇ ਹੋਏ ਹੈ, ਮਜ਼ੇਦਾਰ ਟੇਸਟੀ ਰਾਇਤਾ ਦਹੀਂ ਅਚਾਰ ਪਾਕਿਸਤਾਨੀ ਪੁਲਾਓ ਛੋਲੇ ਅਤੇ ਆਲੂ ਅਤੇ ਚਿਕਨ।